ਬਾਰਿਸ਼ ਪੈ ਗਿਆ ਪਹਿਲਾਂ ਥੱਲੇ ਬਹੁਤ ਸੁੱਕਾ ਥਾਂ ਸੀ ਥਾਂ ਦਾ ਗਿੱਲਾ ਚਲੋ ਫਿਰ ਵੀ ਮੈਂ ਕਿਹਾ ਆਪਾਂ ਬੀਜਣਾ ਬੀਜਣਾ ਹੀ ਹੈ ਅੱਗੇ ਹੋਰ ਏਕੜ ਵੀ ਲਿਆਵਾਂਗੇ ਆਪਾਂ ਇਸ ਵੇਲੇ 'ਚ ਅਤੇ ਪਿਛਲੇ ਲਗਭਗ 4-5 ਸਾਲਾਂ ਤੋਂ ਕਰ ਰਹੇ ਹਾਂ ਪਿਛਲੇ ਸਾਲ ਹੀ ਨਹੀਂ ਸੀ ਕੀਤਾ ਪਿਛਲੇ ਸਾਲ ਵੀ ਕਾਰਨ ਇਹੀ ਸੀ ਕਿ ਵਾਹਣ ਦਾ ਪਾਣੀ ਪਹਿਲਾਂ ਨਹੀਂ ਸੀ ਬੰਦ ਕੀਤਾ ਬਸ 2-3 ਕਿੱਲੇ ਛੱਡੇ ਸੀਗੇ ਉਹ ਪਾਣੀ ਟੁੱਟ ਕੇ ਪੈ ਗਿਆ ਸੀ ਮਲਚਰ ਮਾਰ ਕੇ ਆਪਾਂ ਤਵੀਆਂ ਹੈਰੋ ਡਿਕਸਕਾਂ ਮਾਰ ਰਹੇ ਸਾਂ ਅਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਵੀ ਇਹ ਲੋਕਾਂ ਕੋਲ ਬੜੇ 4x4 ਦੇ ਵੱਡੇ ਵੱਡੇ ਟਰੈਕਟਰ ਨੇ ਅਤੇ ਫਿਰ ਵੀ ਉਹ ਪਰਾਲੀ ਨੂੰ ਅੱਗ ਲਾ ਕੇ ਫਿਰ ਸੁਪਰ ਸੀਡਰ ਚਲਾਉਂਦੇ ਨੇ ਅਤੇ ਅਸੀਂ ਵੇਖ ਲਓ ਆ 79 ਮਾਡਲ ਇੰਟਰ ਜਿਹਨੂੰ ਰੀਜਨਲ DI ਕਰਾਇਆ ਹੋਇਆ 475 ਲੋ ਸਪੀਡ 13 ਵਾਲੇ ਟਾਇਰਾਂ 'ਚ ਡਿਕਸਾਂ TG ਅਗਰਵਾਲ ਅੰਬਾਲਾ ਅਤੇ 8-8 ਦਾ ਸੈੱਟ ਹੈ 16 ਦਾ ਸੈੱਟ ਅਤੇ ਤੜਾ ਜਿਹਾ ਮਨ ਕਰਕੇ ਅਸੀਂ ਇਹਦੇ ਨਾਲ ਹੀ ਫਿਰ ਕਰਤਾ ਕੰਮ ਸ਼ੁਰੂ ਅਤੇ ਪਿਆਰ ਦਾ ਨਾਂ ਅਸੀਂ ਇਹਦਾ ਬੁਲਟ ਰੱਖਿਆ ਹੋਇਆ ਬਾਪੂ ਦਾ ਸਾਥੀ ਰਿਹਾ ਅਤੇ ਹੁਣ ਸਾਡੇ ਨਾਲ ਵੀ ਚੰਗਾ ਨਿਭ ਰਿਹਾ ਦੇਖੋ ਦੇਖਣੇ ਆ ਕੀ ਬਣਦਾ ਹੈ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਸਿੰਘ ਬਾਠ ਪਿੰਡ ਮੁੰਬੇ ਕੀ ਅਤੇ ਜ਼ਿਲ੍ਹਾ ਫਾਜ਼ਿਲਕਾ ਅਤੇ ਅੱਜ ਆਪਾਂ 1692 ਦੀ ਸੀਗੀ ਜਿੱਥੋਂ ਬਾਸਮਤੀ ਵੱਢੀ ਸੀ ਅਤੇ ਬਗੈਰ ਅੱਗ ਲਾਏ ਤੋਂ ਆਪਾਂ ਪਹਿਲਾਂ ਇਹਨੂੰ ਮਾਰਿਆ ਮਲਚਰ ਮਾਰ ਕੇ ਉੱਪਰੋਂ ਸਿੰਗਲ ਹੈਰੋ ਲਾਈ ਹੈ ਸਿੰਗਲ ਹੈਰੋ ਤੋਂ ਬਾਅਦ ਸੁਪਰ ਸੀਡਰ ਨਾਲ ਆਪਾਂ ਕਣਕ ਬੀਜ ਰਹੇ ਹਾਂ ਅੱਜ 28 ਅਕਤੂਬਰ ਨੂੰ ਜੀ ਅਤੇ ਬਹੁਤ ਵਧੀਆ ਬਿਜਾਈ ਹੋ ਰਹੀ ਹੈ ਇਹ 303 ਦੀ ਬਿਜਾਈ ਆਪਾਂ ਕਰ ਰਹੇ ਹਾਂ ਮਤਲਬ ਕਿ ਬਗੈਰ ਲੈਣਾ ਸਾੜੇ ਨੂੰ ਲੈਣਾ ਨੂੰ ਵੀ ਅੱਗ ਨਹੀਂ ਲਾਈ ਮਲਚਰ ਮਾਰਿਆ ਔਰ ਮਲਚਰ ਮਾਰ ਕੇ ਤਵੀਆਂ ਮਾਰਤੀਆਂ ਤਵੀਆਂ ਨੇ ਪੱਟ ਦਿੱਤਾ ਉੱਪਰੋਂ ਸੁਪਰ ਸੀਡਰ ਚਲਾ ਰਹੇ ਹਾਂ